ਆਏ ਹਾਏ ਹਾਏ ਉਹ ਗੁੱਸੇ ਹੋ ਗਈ ਕੱਲਾ ਕੌਣ ਸੁੱਟ ਦਿੱਤਾ ਕੱਲਾ ਕੌਣ ਕਿੱਥੇ ਗਿਆ ਗਿਰੇ ਵੀ ਨਾ ਚੱਲ ਫਿਰ ਉਹਨਾਂ ਨੇ ਪੂਰਾ ਕੰਮ ਕਰ ਦਿੱਤਾ ਵਧੀਆ ਤਾਂ ਗਿਰੇ ਨਾ ਇਹ ਇਸ ਚੋ ਮਿਲਣੀ ਬਹੁਤ ਯਾਰੀ ਅਮੀ ਆ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਨਿਕਲੇ ਆ ਖਾਣ ਪੀਣ ਬਾਹਰ ਹੈਨਾ ਲੁੱਕੀ ਹੋਏ ਥੱਲੇ ਜਾਵੋ ਕਨਫਿਊਜ਼ ਹੋ ਗਈ ਸੀ ਦੋਵਾਂ ਦੇਖ ਕੇ ਕਿ ਆ ਫੜਾ ਆ ਫੜਾ ਆ ਫੜਾ ਮੂੰਹ ਕਿੱਦਾਂ ਦਾ ਬਣਾਇਆ ਇਹ ਕੁਛ ਕਰਦੀ ਲੱਗਦੀ ਇਹਨੂੰ ਪਹਿਲਾਂ ਦੇਖ ਲੈ ਦੁੱਧ ਉਬਲਦਾ ਪਿਆ ਆ ਮੈਂ ਕਿਹਾ ਦੁੱਧ ਉਬਾਲ ਕੇ ਫਈ ਸਾਈਡ ਤੇ ਹੁੰਦੀ ਆ ਫਿਰ ਸਾਰਾ ਚੁੱਲ੍ਹਾ ਖਰਾਬ ਹੋ ਜਾਂਦਾ ਜਦੋਂ ਦੁੱਧ ਉਬਲਦਾ ਆ ਤੇ ਇੱਧਰ ਪਕਾਲੀ ਆ ਪਕਾਲੀ ਨੀ ਇੱਧਰ ਗੁਣ ਲਿਆ ਆਪਣਾ ਆਟਾ ਤੇ ਭਾਂਡੇ ਵੀ ਸਾਡੇ ਮਾਂਜ ਹੋ ਗਏ ਆ ਤੇ ਕੱਪੜੇ ਵੀ ਧੋ ਹੋ ਗਏ ਆ ਤੇ ਕੱਪੜੇ ਬਸ ਸੁੱਕਣੇ ਪਾਉਣੇ ਆ ਤੇ ਜੈਵੂ ਨੇ ਖਰਾਰਾ ਦੇਖੋ ਕਿੱਦਾਂ ਪਾਇਆ ਆ ਝਾੜੂ ਫੇਰਨਾ ਬਸ ਬਾਕੀ ਤਾਂ ਪੂਰਾ ਘਰ ਸਾਫ਼ ਆ ਕੂੜੇ ਵਾਲਾ ਕੂੜਾ ਲੈ ਗਿਆ ਆ ਤੇ ਆਹ ਬਸ ਥੋੜ੍ਹਾ ਥੋੜ੍ਹਾ ਇੱਥੇ ਤਾਂ ਗੰਦ ਪਿਆ ਹੋਇਆ ਆ ਇਹ ਵੀ ਚੱਕੀਏ ਆ ਜਾਓ ਜੀ ਸਾਰੇ ਜਣੇ ਪੱਕਦੀ ਪੱਕਦੀ ਰੋਟੀ ਖਾ ਲਓ ਦਾਲ ਹਜੇ ਬਣਾਉਣੀ ਆ ਮੈਂ ਕਿਹਾ ਪਹਿਲਾਂ ਰੋਟੀਆਂ ਬਣਾ ਲਵਾਂ ਸੈਮ ਦਾ ਆਇਆ ਆਰਡਰ ਕਿ ਘੀਆ ਵਾਲੀ ਬਣਾਓ ਦਾਲ ਘੀਆ ਆਪਣੀ ਕੱਟ ਹੋ ਗਈ ਆ ਇੱਕ ਘੰਟਾ ਹੋ ਗਿਆ ਦਾਲ ਨੂੰ ਐਨ ਪਾਣੀ ਵਿੱਚ ਡੋਬ ਕੇ ਰੱਖਿਆ ਹੋਇਆ ਆ ਘੀਆ ਤੇ ਦਾਲ ਪਾ ਦਿੱਤੀ ਆ ਤੇ ਹੁਣ ਬਸ ਲੂਣ ਪਾਈਏ ਪਹਿਲਾਂ ਪਾਈਏ ਲੂਣ ਲੂਣ ਵੀ ਕੱਢਣ ਵਾਲਾ ਹੋਇਆ ਆ ਇਹ ਇੱਥੋਂ ਪਾਉਂਦੇ ਆ ਲੂਣ ਤੇ ਹਲਦੀ ਤੇ ਹੁਣ ਇਹਨਾਂ ਨੂੰ ਲਗਾ ਲਈਏ ਦੋ ਸੀਟੀਆਂ ਤੜਕਾ ਲੱਗਦਾ ਪਿਆ ਆ ਬਸ ਹੋ ਚੱਲਾ ਤੇ ਇੱਧਰ ਸਾਡੀ ਦਾਲ ਵੀ ਹੋ ਗਈ ਆ ਬਸ ਤੜਕਾ ਪਾਉਣਾ ਇਹ 'ਚ ਤੇ ਇੱਕ ਸੀਟੀ ਹੋਰ ਆਪਾਂ ਲਗਾ ਲੈਣੀ ਆ ਤੇ ਦੇਖੋ ਕਿੱਦਾਂ ਦੀ ਬਣਦੀ ਆ ਦਾਲ ਸਾਡੀ ਬਣ ਗਈ ਆ ਬਹੁਤ ਜ਼ਿਆਦਾ ਸਵਾਦ ਬਣੀ ਆ ਨਾਲ ਦਹੀਂ ਘਰ ਦਾ ਨਾਲ ਰੋਟੀ ਅਤੇ ਨਾਲ ਲੱਸੀ ਆ ਜਾਓ ਸਾਰੇ ਜਣੇ ਰੋਟੀ ਖਾ ਲਓ ਰੋਟੀ ਖਾ ਕੇ ਅਤੇ ਜੈਵਿਕਾ ਕਹਿੰਦੀ ਮੰਮਾ ਮੈਂ ਜੱਫੀ ਪਾਉਣੀ ਤੁਹਾਨੂੰ ਮੈਂ ਤੁਹਾਡੇ ਨਾਲ ਸੋਹਣਾ ਆ ਮੈਂ ਇਹਦੀ ਕਰਾਉਣੀ ਸੀ ਨਹਾਈ ਨਹੀਂ ਅਤੇ ਆਪ ਵੀ ਨਹਾਈ ਨਹੀਂ ਕਰਨੀ ਸੀ ਸੋਹਣੇ ਬਣਨਾ ਸੀ ਆਪਾਂ ਅਤੇ ਕਹਿੰਦੀ ਨਹੀਂ ਮੈਨੂੰ ਛਲਾਓ 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 ਮੈਂ ਕਿਹਾ ਚਲੋ ਫਿਰ ਆ ਜਾਓ ਜੱਫੀ ਪਾ ਕੇ ਸੋ ਜਾਓ ਇਹ ਹੀਰਾ ਆ ਮੇਰਾ ਮੇਰੇ ਤੋਂ ਦੋ ਦੋ ਹੀਰੇ ਹੋਏ ਨੇ ਹੀਰੋ ਆਪਣਾ ਚੱਲਾ ਘੁੰਮਣ ਫਿਰਨ ਸੈਰ ਕਰਨ ਸੋ ਕੇ ਉੱਠ ਗਿਆ ਆ ਤੇ ਹੁਣ ਕਹਿੰਦੇ ਮੈਨੂੰ ਘੁੰਮਾ ਫੜਾ ਕੇ ਲੈ ਕੇ ਆ ਪਿਆ ਕੇ ਮੰਮੀ ਨਹਾਈ ਨਹਾਈ ਕਰਾਂਗੇ ਤੇ ਘਰ ਦੇ ਬਾਕੀ ਕੰਮ ਕਰਾਂਗੇ ਨਾਲ ਕਰਾਉਂਦੀ ਹੈ ਨਾ ਇਹ ਵੱਡੀ ਹੋ ਗਈ ਆ ਹੁਣ ਤਾਂ ਕਰਕੇ ਕਿੱਥੇ ਜਾਣਾ ਆ ਕਿੰਨੀ ਸੋਹਣੀ ਹਵਾ ਵਗਦੀ ਬਾਹਰ ਅੰਦਰ ਤਾਂ ਗਰਮੀ ਬਹੁਤ ਹੁੰਦੀ ਆ ਜੀ ਨਹੀਂ ਕਰਦਾ ਜੀ ਕਰਦਾ ਬਾਹਰ ਬੈਠੀਏ ਇੱਥੇ ਮੰਜਾ ਡਾ ਕੇ ਜਾਵੋ ਆ ਜਾ ਕਿੱਥੇ ਜਾਣਾ ਅੱਜ ਇੱਧਰ ਨੂੰ ਜਾਣਾ ਇੱਧਰ ਨੂੰ ਜਾਣਾ ਕਿੱਧਰ ਨੂੰ ਜਾਣਾ ਨਿੱਕੀਆਂ ਨਿੱਕੀਆਂ ਚੱਪਲਾਂ ਪਾਈਆਂ ਉੱਧਰ ਦੇਖੋ ਉਂਗਲੀ 'ਚ ਚੱਪਲ ਪਾਈ ਹੋਈ ਆ
ਕਿੱਦਾਂ ਕਿੱਦਾਂ ਨੋ 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 ਖੁਸ਼ੀ ਹਾਏ ਨੀ ਮੇਰਾ ਚੰਦਾ ਹੱਪ ਜਦੋਂ ਦਾ ਇਹਦਾ ਨਾਂ ਲਿਆ ਨਾ ਕਿਤੇ ਬਾਲ ਕਟਵਾ ਦੇਣੇ ਆਰਾਮ ਨਾਲ ਤੈਨੂੰ ਚੁੰਡੀਆਂ ਕਰਵਾ ਲੈਂਦੀ ਆ ਜਿੱਦਾਂ ਇਹਨੂੰ ਸਮਝ ਲੱਗ ਗਈ ਹੁੰਦੀ ਆ ਕਿ ਮੰਮੀ ਹੁਣਾਂ ਨੇ ਸਾਡੇ ਬਾਲ ਕਟਾ ਦੇਣੇ ਆ ਇੱਥੇ ਆ ਕੇ ਬਹਿਦਾ ਉਦੋਂ ਮਿੱਟੀ ਮੁੱਟੀ ਤਾਂ ਬਹੁਤ ਹੁੰਦੀ ਆ ਜਾ ਕੇ ਨਹਾਈ ਨਹੀਂ ਕਰਾਉਣੀ ਆ ਆਪਾਂ ਅੱਜ ਜੈਬੂ ਦੀ ਤਾਂ ਕਰਕੇ ਲਿਬੜ ਜਾਵੇ ਖੇਲਦੀ ਪਈ ਆ ਘਰੇ ਆ ਕੇ ਨਹਾ ਧੋ ਕੇ ਸੋਹਣੀ ਬਣ ਗਈ ਆ ਗੁੱਤਾਂ ਵੀ ਕਰਵਾ ਲਈਆਂ ਆ ਅਤੇ ਸਾਰੇ ਘਰ ਦੀ ਸਫਾਈ ਵੀ ਹੋ ਗਈ ਆ ਅਤੇ ਜੈਬੂ ਲੱਗੀ ਹੋਈ ਆ ਹੁਣ ਸਾਰਾ ਚੱਪਲਾਂ ਚੁੱਪਲਾਂ ਇਕੱਠੀਆਂ ਕਰਕੇ ਸਾਰਾ ਕੁਛ ਸਮਾਨ ਕੱਢੂਗੀ ਮੇਕਅਪ ਦਾ ਅਤੇ ਮੇਰਾ ਸਾਰਾ ਮੇਕਅਪ ਦਾ ਇਹ ਸਮਾਨ ਖਰਾਬ ਕਰਦੀ ਆ ਵਿੱਚ ਇੱਕ ਇੱਕ ਚੀਜ਼ ਚੱਕੂਗੀ ਕੱਢੂਗੀ ਫਿਰ ਦੇਖੂਗੀ ਕੀ ਹੈਗਾ ਕੀ ਨਹੀਂ ਹੈਗਾ ਜੇ ਕੰਮ ਵਾਲੀ ਚੀਜ਼ ਆ ਫਿਰ ਆਪਣੇ ਮੂੰਹ 'ਤੇ ਲਗਾਉਣ ਲੱਗ ਜਾਂਦੀ ਆ ਨਹੀਂ ਤਾਂ ਸੈੱਟ ਦਿੰਦੀ ਆ ਚੱਪਲਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਸਾਰੀਆਂ ਥੱਲੇ ਹਾਏ ਝੁੰਮਕੇ ਝੁੰਮਕੇ ਨਿੱਕੇ ਪਨਿੱਕੇ ਪੈਰਾਂ ਅੱਡੀਆਂ ਚੱਕ ਚੱਕ ਕੇ ਫਾਹਾ ਲੈਂਦੀ ਆ ਕਿੱਥੇ ਰੱਖ ਲਵਾਂ ਮੈਂ ਲਗੋ ਕੇ ਸਮਾਨ ਜਦੋਂ ਦੀ ਹੋਈ ਆ ਉਦੋਂ ਤਾਂ ਇਹਨੇ ਮੇਰਾ ਸਮਾਨ ਖਰਾਬ ਕੀਤਾ ਪਾਪਾ ਦਾ ਚੱਕ ਲਿਆ ਹੁਣ ਇਹਨੇ ਸਾਰੇ ਏ ਟੀ ਐੱਮ ਆਧਾਰ ਕਾਰਡ ਸਾਰਾ ਕੁਛ ਖਰਾਬ ਕਰ ਦੇਣਾ ਜੈਬੂ ਇਹ ਦੇ ਦਿਓ ਬੁੱਤੇ ਬਹੁਤ ਕੰਮ ਇਹ ਹੋਰ ਕੁਛ ਲੈ ਲਓ ਹਾਏ ਲੈ ਹੋ ਗਈ ਲੜਾਈ ਸਾਡੀ ਤਾਂ ਮਾਂ ਧੀ ਦੀ ਮੇਰੀ ਤਾਂ ਜੈਵਿਕਾ ਦੀ ਲੜਾਈ ਹੋ ਗਈ ਜੇ ਇੰਨਾ ਸ਼ਰੀਫ ਦੇ ਦਿੱਤਾ ਹਾਏ ਨਹੀਂ ਦੱਸਿਓ ਕਿਹੜੇ ਕਿਹੜੇ ਨਿਆਣੇ ਇੱਦਾਂ ਕਰਦੇ ਆ ਵੈਸੇ ਸਾਰਿਆਂ ਦੇ ਨਿਆਣੇ ਇੱਦਾਂ ਹੀ ਕਰਦੇ ਆ ਚੀਜ਼ਾਂ ਖਰਾਬ ਜਦੋਂ ਤੱਕ ਇਹਨੂੰ ਅਕਲ ਨਹੀਂ ਆਉਂਦੀ ਨਾ ਉਦੋਂ ਤੱਕ ਇਹਨੇ ਇੱਦਾਂ ਹੀ ਕਰਨਾ ਆ ਜੈਬੂ ਨਾ ਮੈਂ ਸੂਟ ਆ ਹਜੇ ਦੂਜੀ ਵਾਰ ਪਾਇਆ ਆ ਉੱਦਣ ਨਾ ਇਹਨੂੰ ਸੈਮ ਨੇ ਉਹ ਲੈ ਦਿੱਤੀ ਆਈਸਕ੍ਰੀਮ ਸੌਫਟੀ ਉਹ ਲੱਗ ਗਈ ਅਤੇ ਦਾਗ ਹੀ ਨਹੀਂ ਲਿੱਤੇ ਨਵੇਂ ਸੂਟ 'ਤੇ ਹੁਣ ਮੈਂ ਘਰੇ ਲਾ ਦਿੱਤਾ ਕਿੱਥੇ ਜਾਣਾ ਹੁੰਦਾ ਆ ਗਰਮੀ ਇੰਨੀ 'ਚ ਜਾਣਾ ਵੀ ਕਿੱਥੇ ਆ ਹਾਂਜੀ ਬਿੰਦੀਆਂ ਨਹੀਂ ਛੱਡੂਗੀ ਕੋਈ ਸਮਾਨ ਨਹੀਂ ਛੱਡਦੀ ਮੇਰੇ ਕੋਲ ਪਿੱਛੇ ਜਿਹਾ ਨਾ ਇੱਕ ਵੀ ਲਿਪਸਟਿਕ ਵੀ ਨਹੀਂ ਸੀ ਲਾਉਣ ਨੂੰ ਹੁਣ ਆਹ ਚੱਕ ਲਈ ਆ ਲੇਜ਼ਰ ਦਵਾ ਦਵਾ ਆਈ ਖੇਲ ਕੇ ਕਿ ਮੈਨੂੰ ਹੁਣ ਨਹਾਈ ਨਹਾਈ ਮੇਰੀ ਕਰਾ ਦੇ ਕਿੰਨਾ ਟਾਈਮ ਲੱਗਦਾ ਇਹਨੂੰ ਸਾਫ਼ ਸੁਥਰਾ ਕਰਨ ਨੂੰ ਹਾਂਜੀ ਅਜੇ ਹੁਣੇ ਘਰ ਦੀ ਸਫਾਈ ਹੋਈ ਆ ਹੁਣੇ ਤੁਸੀਂ ਗੰਦ ਪਾ ਦਿਓ ਇਹ ਬਣੂਗੀ ਮੇਕਅਪ ਆਰਟਿਸਟ ਮੈਨੂੰ ਤਾਂ ਕਰਨਾ ਨਹੀਂ ਆਉਂਦਾ ਮੇਕਅਪ ਇਹ ਕਰਿਆ ਕਰੂੰਗੀ ਮੇਰੇ ਮੇਕਅਪ ਆਰਟਿਸਟ ਜੈਬੂ ਸੰਧੂਰ ਚੱਕਿਆ ਹੋਇਆ ਆ ਮੇਰਾ ਦੇਖੋ ਕੀ ਕਰਦੀ ਪਈ ਆ ਅਤੇ ਹਟਦੀ ਆ ਹੁਣ ਨਾ ਜਦੋਂ ਇਹ ਸੁੱਤੀ ਰਾਤ ਨੂੰ ਲੁਕੋ ਕੇ ਤਾਂ ਸਾਰਾ ਸਮਾਨ ਮੈਨੂੰ ਰੱਖਣਾ ਪੈਣਾ ਆ ਅਲਮਾਰੀ 'ਚ ਉਹ ਮਸਕਾਰਾ ਸਿੱਟਿਆ ਹੋਇਆ ਥੱਲੇ ਤਾਂ ਸੰਧੂਰ ਲੈ ਕੇ ਲੱਗੀ ਹੋਈ ਆ ਜੈਬੂ ਇਹ ਕੀ ਹੁੰਦਾ ਆ ਕੀ ਹੁੰਦਾ ਇਹ ਨਹੀਂ ਕਰੋ ਕਰੋ ਕੋਈ ਚੱਕਰ ਨਹੀਂ ਹੁਣ ਖਰਾਬ ਹੋ ਗਿਆ ਆ ਇਹ ਮੇਰਾ ਕਾਕਾ ਆ ਜੀ ਜੋ ਕਿ ਸਵੇਰੇ ਸਵੇਰੇ ਉੱਠ ਕੇ ਮੇਰਾ ਸਾਰਾ ਹੀ ਮੇਕਅਪ ਦਾ ਸਮਾਨ ਖਰਾਬ ਕਰ ਦਿੱਤਾ ਆ ਹੁਣ ਠੰਡੀ ਠੰਡੀ ਕੂਲਰ ਦੀ ਲੈਂਦਾ ਪਿਆ ਹਵਾ ਬੈਠਾ ਦੋ ਦੋ ਹਾਲ ਦੇਖੇ ਉਹਨੇ ਕੀ ਕੀਤਾ ਮੇਰੇ ਸਾਰੇ ਮੇਕਅਪ ਪੂਰਾ ਮੇਕਅਪ ਖਰਾਬ ਹੋ ਗਿਆ ਆ ਹੁਣ ਇਹਨੂੰ ਚੱਕ ਕੇ ਰੱਖੀਏ ਰਾਤੀ ਮੈਂ ਸੌਂ ਗਈ ਸੀ ਨਹੀਂ ਤਾਂ ਮੈਂ ਉਦੋਂ ਹੀ ਚੱਕ ਕੇ ਰੱਖ ਦੇਣਾ ਸੀ ਮੈਂ ਲੱਗ ਪਈ ਸਵੇਰੇ ਸਵੇਰੇ ਰਸੋਈ 'ਚ ਕੰਮ ਕਰਨ ਦੁੱਧ ਦੁੱਧ ਉਬਾਲਣ ਲੱਗ ਪਈ ਆਟਾ ਗੁੰਨਣ ਲੱਗ ਪਈ ਸਾਰਾ ਕੰਮ ਕਰਨ ਲੱਗ ਪਈ ਕਿਤੇ ਰਸੋਈ 'ਚ ਜਾ ਕੇ ਅਤੇ ਇਹ ਪਿੱਛਿਓਂ ਰੂਮ 'ਚ ਲੱਗਾ ਹੋਇਆ ਸੀ ਕਾਕਾ ਮੇਰਾ ਦੇਖੋ ਇਹਨੇ ਕੀ ਹਾਲ ਬਣਾਇਆ ਹੋਇਆ ਆ ਮੈਂ ਹੁਣ ਲੱਗੀ ਸੀ ਫੋਨ ਸਟੈਂਡ 'ਤੇ ਲਾਉਣ ਅਤੇ ਮੈਂ ਕਿਹਾ ਬਾਅਦ 'ਚੋਂ ਰੂਮ ਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਤਾਂ ਫਿਰ ਮੈਂ ਹੱਟਦੀ ਹਾਂ ਅਤੇ ਤੂੰ ਕੀ ਲੈਣਾ ਆ ਮੈਂ ਤੂੰ ਦੱਸ ਕਿਉਂ ਨਹੀਂ ਹੱਟਦੀ ਤੂੰ ਜੈਬੂ ਦੱਸ ਮੈਨੂੰ
ਹਜੇ ਸਵੇਰ ਨੂੰ 10 ਵਜੇ ਹੋਇਆ, ਮੈਂ ਸਾਰਾ ਕੰਮ ਛੱਡ ਕੇ ਘਰ ਦਾ ਹੈ ਮਸਤੀ ਲੜੀ ਹੋਈ ਸਵੇਰੇ 10 ਵਜੇ ਸਵੇਰੇ ਮੈਨੂੰ ਆਹੀ ਕੰਮ ਆ, ਤੇਰੇ ਦੁਆਲੇ ਹੋ ਗਈ ਮੈਂ, ਤੂੰ ਹਟਣਾ ਕਿ ਨਹੀਂ ਹਟਣਾ? ਸ਼ਾਪਿੰਗ ਕਰਨ ਜਾਣਾ ਚਾਹੂ, ਇੱਕ ਵੀ ਕੱਪੜਾ ਨੀ ਲੈ ਕੇ ਆਉਣਾ ਮੈਂ, ਦੋ ਕੁਛ ਨੀ, ਨਾ ਕੋਈ ਨਾਈਟ ਸੂਟ, ਨਾ ਕੋਈ ਸੋਹਣੇ ਕੱਪੜੇ, ਕੁਛ ਨੀ ਹੈ। ਤੂੰ ਬਹੁਤ ਸ਼ੈਤਾਨ, ਹਾਲ ਦੇਖੋ, ਪੈਰਾਂ ਦਾ ਹਾਲ ਦੇਖੋ, ਸਵੇਰੇ ਆ ਮੇਰੇ ਵੀ ਪੈਰਾਂ ਤੇ ਲਾਇਆ ਸੰਧੂਰ, ਸੰਧੂਰੋ ਸੰਧੂਰ ਹੋਈ ਪਈ ਆ, ਇਹਨੇ ਨੂੰ ਹਟਣਾ ਹੋਣਾ ਨੀ, ਕੁੱਟ ਪੈਣੀ ਆ। ਦੁਬਾਰਾ ਸਫਾਈ ਨਾ ਰਹਿਣ ਦਿੱਤੀ ਕਮਰੇ ਚ, ਸਾਰਾ ਤੁਹਾਡਾ ਘਰ ਸਾਫ ਹੁੰਦਾ ਇਸ ਕਮਰੇ ਨੂੰ ਛੱਡ ਕੇ, ਇਹ ਕੁੜੀ ਇਸ ਕਮਰੇ ਚ ਰਹਿੰਦੀ ਆ ਫਲਾਤੂਨ, ਪਤਾ ਲੱਗ ਰਿਹਾ ਤੀਜਾ ਵੀ ਘਰ ਕਮਰਾ ਆਇਆ ਤੁਹਾਡੀ ਦੇਖ ਲਿਓ ਕੱਲ ਦਾ ਵਲੌਗ ਜਿਹੜਾ ਕੱਲ ਨੂੰ ਆਊਗਾ, ਤੇ ਜੈਮੋ ਨੂੰ ਇੱਕ ਵੀ ਕੱਪੜਾ ਨੀ ਲੈ ਕੇ ਦੇਣਾ ਕਿਉਂਕਿ ਮੇਰੇ ਕੋਲ ਕੱਪੜੇ ਨੀ ਹੈਗੇ, ਜਿਹੜੇ ਜੈਵਿਕਾ ਮੈਂ ਲਏ ਸੀ ਖੁੱਲੇ ਡੁੱਲੇ ਉਹੀ ਆ, ਉਹੀ ਪਾਉਂਦੀ ਆ 2-3 ਸੂਟ, ਦੋ ਕੁ ਸੂਟ ਇੱਦਾਂ ਘੱਸੇ ਪਏ ਸੀ ਕਿ ਸੈਮ ਕਹਿੰਦਾ ਸੂਟ ਪਾੜ ਦੇ ਜਾਂ ਫਿਰ ਮੈਂ ਪਾੜ ਦੇਣਾ ਤੇਰਾ ਸੂਟ, ਤੇ ਹੁਣ ਮੈਂ ਕੱਪੜੇ ਲੈ ਕੇ ਆਊਂਗੀ ਅੱਜ ਕਿਉਂਕਿ ਖੁੱਲੇ ਟੁੱਲੇ ਹੁਣ ਪਾ ਨਹੀਂ ਹੁੰਦੇ ਹੈਗੇ, ਉੱਦਾਂ ਤਾਂ ਹੈਗੇ ਸੂਟ ਤਾਂ ਮੇਰੇ ਤੋਂ ਹੈਗੇ ਆ ਕਾਫੀ, ਮੈਂ ਪਹਿਲੀ ਕੁੜੀ ਆ ਜਿਹੜੇ ਇੰਨਾ ਕਹਿ ਦਿੱਤਾ ਕਿ ਮੇਰੇ ਕੋਲ ਸੂਟ ਹੈਗੇ ਆ, ਨਹੀਂ ਹੈਗੇ ਕੱਪੜੇ ਤਾਂ ਹੈਗੇ ਆ, ਬਟ ਗੱਲ ਵਿੱਚ ਇਹ ਕਿ ਹੁਣ ਮੇਰੇ ਆਉਂਦੇ ਨਹੀਂ ਹੈਗੇ, ਜੈਵਿਕਾ ਵੱਲ ਜਿੰਨੇ ਕੁ ਸੀ ਉਹ ਹੁਣ ਪਾਉਂਦੀ ਆ, ਉਦੋਂ ਵੀ ਜੈਵਿਕਾ ਵੱਲ ਜ਼ਿਆਦਾ ਨਹੀਂ ਲਏ ਸੀ, ਹੁਣ ਉਹ ਘੱਸ ਘੁੱਸ ਗਏ ਜਿੱਦਾਂ ਪਾ ਲਏ ਹੈ ਨਾ ਜੈਵਿਕਾ ਵੱਲੇ, ਘਰੇ ਪਾਉਣ ਵਾਲਾ ਤਾਂ ਬਿਲਕੁਲ ਵੀ ਨਹੀਂ ਹੈਗਾ, 1-2 ਸੂਟ ਹੀ ਪਾਉਂਦੀ ਆ, ਇੱਕ ਬਲੈਕ ਜਿਹਾ ਤੁਸੀਂ ਦੇਖਿਆ ਹੋਣਾ ਨਾਈਟ ਸੂਟ, ਉਹਦਾ ਜੈਵਿਕਾ ਵੱਲ ਲਿਆ ਸੀ ਇੱਕ ਆਹ, ਅਤੇ ਦੋ 1-2 ਹੋਰ ਆ, ਦੋ ਮੈਂ ਪਾੜ ਸਿੱਟੇ ਪਿੰਕ ਕਲਰ ਵਾਲਾ, ਅਤੇ ਇੱਕ ਹੋਰ ਕਿਹਦਾ ਮੈਂ ਪਾੜਿਆ, ਅਤੇ ਉਹ ਵੀ ਲਾਈਟ ਪਿੰਕ ਵਾਲਾ, ਮਤਲਬ ਘੱਸ ਬਹੁ ਗਏ ਸੀ, ਪਾੜਿਆ ਨਹੀਂ ਮਤਲਬ ਰੱਖ ਲਏ ਆ, ਕਿ ਕਿਸੇ ਨੂੰ ਦੇ ਵੀ ਨਹੀਂ ਸਕਦੇ ਯਾਰ, ਬਹੁਤ ਜ਼ਿਆਦਾ ਮੰਦੀ ਹਾਲਤ ਸੀ ਉਹਦੀ। ਅਤੇ ਹੁਣ ਆਪਾਂ ਜਾਣਾ ਸ਼ੋਪਿੰਗ ਕਰਨ ਸ਼ਾਮ ਨੂੰ, ਉਹ ਤੁਸੀਂ ਨੈਕਸਟ ਵਲੌਗ 'ਚ ਦੇਖਿਓ, ਅਤੇ ਪਹਿਲਾਂ ਜੋ ਆਪਾਂ ਹੁਣ ਕਰਨਾ ਕੰਮ ਉਹ ਕਰ ਲਈਏ, ਇਹ ਜ਼ਿਆਦਾ ਜ਼ਰੂਰੀ ਆ, ਨਹੀਂ ਤਾਂ ਇਹਨੇ ਮੇਰਾ ਇੱਕ ਵੀ ਸਮਾਨ ਨਹੀਂ ਛੱਡਣਾ ਇੰਨਾ ਮਹਿੰਗਾ, ਤਾਂ ਲੈ ਵੀ ਨਹੀਂ ਹੁੰਦਾ ਬਾਰ ਬਾਰ, ਅਤੇ ਪਹਿਲਾਂ ਆਹ ਕਰ ਕਰੀਏ, ਫੱਟੀ ਲੈ ਕੇ ਨਾ ਪਹਿਣਾ ਨਹੀਂ ਹੁੰਦਾ ਥੱਲੇ, ਪਰ ਜਿੰਨੀ ਵਾਰ ਵੀ ਮੈਂ ਬੈਠੀ ਇਸ ਕੁੜੀ ਕਰਕੇ ਬੈਠੀ, ਮੈਂ ਜੈਵਿਕਾ ਕਰਕੇ ਮਨਾ ਕੀਤਾ ਹੋਇਆ ਆ ਮੈਨੂੰ ਥੱਲੇ ਬੈਠਣਾ, ਫੱਟਦੀ ਹੈ ਕਿਤੇ ਕੈਮਰੇ ਵੱਲ ਦੇਖਦੀ ਪਈ, ਓਏ ਆ ਜਾ ਕਿਤੇ ਸੱਟ ਦਾ ਨਾ ਵੀ ਫੋਨ ਬੋਲਿਆ, ਤੇਰਾ ਕੁਛ ਨਹੀਂ ਪਤਾ, ਜਾਊ ਨਾ ਕਰ ਮੈਂ ਦੇਖ ਲਈ, ਫਿਰ ਮਸਤੀ ਆਪਣੀ ਜਗ੍ਹਾ ਲੈ ਗਈ, ਸਾਰਾ ਸਮਾਨ ਮੈਂ ਸਮਾਨ ਚੱਕ ਲੈਣਾ ਆਪਣਾ ਸਾਰਾ, ਹਾਲ ਇਹ ਮੈਂ ਬਾਅਦ 'ਚ ਲਾਊਂਗੀ ਕਿਉਂਕਿ ਇੰਨਾ ਟਾਈਮ ਮੈਂ ਤੁਹਾਨੂੰ ਬਹਿ ਨਹੀਂ ਸਕਦੀ, ਫਿਰ ਨਾ ਮੇਰੇ ਤਾਰਕ ਨੂੰ ਲੱਗ ਜਾਂਦੀ ਲੱਕ 'ਚ ਜਾਂ ਫਿਰ ਲੱਤਾਂ ਉੱਠਣ ਲੱਗ ਜਾਂਦੀਆਂ ਮੇਰੀਆਂ, ਮੈਡੀਸਨ ਖਾਣਾ ਬਹੁਤ ਪਸੰਦੀ ਹੈ ਵਾਲੀ, ਫਿਰ ਮੈਂ ਤੇਰੇ ਕਰਕੇ ਕਿੰਨਾ ਮੈਨੂੰ
ਇਹਨੇ ਪੱਕਾ ਵੱਡੇ ਹੋ ਕੇ ਮੇਕਅਪ ਆਰਟਿਸਟ ਨਿਕਲਣਾ, ਸ਼ਰਤ ਵਾਲੀ ਗੱਲ ਆ। ਹੁਣ ਤਾਂ ਕੁਛ ਕਰਨਾ ਨਹੀਂ ਹੋਣਾ, ਜਦੋਂ ਮੇਕਅਪ ਇਹ ਕਰੂਗੀ ਮੇਕਅਪ। ਸਾਰਾ ਸਮਾਨ ਚੱਕ ਕੇ ਹੁਣ ਇਹਨੂੰ ਰੱਖੀ ਅਲਮਾਰੀ 'ਚ, ਅਤੇ ਅਲਮਾਰੀ 'ਚ ਰੱਖ ਕੇ ਫਿਰ ਮੈਂ ਬੈਡ ਚਦਰਾਂ ਚੁਦਰਾਂ ਵਿਛਾ ਦਿਆਂ। ਹੋ ਗਿਆ ਵਿਹਲਾ, ਹੁਣ ਵੀ ਤੂੰ ਹੋਰ ਵੀ ਸਮਾਨ ਖਰਾਬ ਕਰ ਸਕਣਾ ਤੂੰ ਜਾਬੂ। ਥੱਕੇ ਮੰਮੀ ਬੈਠੀ ਬੈਠੀ, ਪਹਿਲਾਂ ਮੈਂ ਲੰਮੀ ਪੈ ਜਾਵਾਂ 2 ਮਿੰਟ, ਫਿਰ ਮੈਂ ਚਦਰ ਵਗੈਰਾ ਵਿਛਾਉਂਦੇ ਹਾਂ।